ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਾ ਸਾਡਾ ਟਿਫਨ ਹੈ ਸਬਜ਼ੀ ਔਰ ਪਰਾਠਾ। ਉਸਦੇ ਵਾਸਤੇ ਭਿੰਡੀ ਦੀ ਸਬਜ਼ੀ ਬਣਾਵਾਂਗੇ। ਭਿੰਡੀ ਕੱਟੀ ਹੋਈ, ਪਿਆਜ਼ ਕੱਟਿਆ ਹੋਇਆ, ਟਮਾਟਰ, ਨਿੰਬੂ, ਲਸਣ, 3-4 ਕਲੀ ਲਸਣ ਕੱਟੀ ਹੋਈ, ਸਰੋਂ ਦਾ ਤੇਲ, ਸੌਂਫ ਅਤੇ ਸੌਂਫ ਪਾਊਡਰ, ਸੌਂਫ ਦਾ ਪਾਊਡਰ, ਧਨੀਆ ਪਾਊਡਰ, ਜੀਰਾ ਪਾਊਡਰ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਨਮਕ ਔਰ ਗਰਮ ਮਸਾਲਾ। ਕੜਾਹੀ 'ਚ ਅਸੀਂ 2 ਟੇਬਲ ਸਪੂਨ ਤੇਲ ਪਾ ਲਿਆ। ਸਰੋਂ ਦੇ ਤੇਲ 'ਚ ਸਬਜ਼ੀ ਚੰਗੀ ਬਣਦੀ ਹੈ। ਸੌਂਫ ਪਾਵਾਂਗੇ, ਜਿਸ ਜੀਰਾ ਨਹੀਂ, ਭਿੰਡੀ ਵਿੱਚ ਜੀਰਾ ਨਹੀਂ ਪਾਉਣਾ ਚਾਹੀਦਾ, ਟੇਸਟ ਅੱਛਾ ਨਹੀਂ ਆਉਂਦਾ। ਥੋੜ੍ਹੇ ਉਹਦੇ ਨਾਲ ਹੀ ਕੱਟਿਆ ਹੋਇਆ ਇੱਕ ਪਿਆਜ਼, ਪਿਆਜ਼ ਨੂੰ ਥੋੜ੍ਹਾ ਜਿਹਾ ਹਲਕਾ ਬਰਾਊਨ ਕਰ ਲਾਂਗੇ। ਲਸਣ ਵੀ ਪਾ ਦੇਣੀ, 2-3 ਕਲੀ ਲਸਣ ਹੈ ਕੱਟੀ ਹੋਈ। ਸਾਡਾ ਜਿਹੜਾ ਪਿਆਜ਼ ਹੈ ਹਲਕਾ ਬਰਾਊਨ ਹੋ ਚੁੱਕਿਆ, ਕਲਰ ਚੇਂਜ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਕੱਟੇ ਹੋਏ ਟਮਾਟਰ ਪਾ ਦੇਣੇ, ਟਮਾਟਰ ਗਲਣ ਤੱਕ ਪਕਾਵਾਂਗੇ। ਹੁਣ ਅਸੀਂ ਇੱਥੇ ਡਰਾਈ ਮਸਾਲੇ ਪਾ ਦਾਂਗੇ, ਨਮਕ ਸਵਾਦ ਅਨੁਸਾਰ, 1/2 ਚਮਚ ਲਾਲ ਮਿਰਚ ਪਾਊਡਰ, ਬੱਚਿਆਂ ਵਾਸਤੇ ਥੋੜ੍ਹਾ ਹੀ ਡਾਲਣਾ ਹੈ, ਅਸੀਂ ਹਰੀ ਮਿਰਚ ਨਹੀਂ ਪਾਈ ਹੈ, ਇਹ ਕੰਮ ਤਿੱਖੀ ਮਿਰਚ, ਘੱਟ ਤਿੱਖੀ ਮਿਰਚ ਹੈ। ਹਲਦੀ ਪਾਊਡਰ 1 ਛੋਟਾ ਸਪੂਨ ਔਰ 1/4 ਸਪੂਨ ਗਰਮ ਮਸਾਲਾ, 1/2 ਸਪੂਨ ਜੀਰਾ ਪੀਸਿਆ ਹੋਇਆ, 1 ਛੋਟਾ ਸਪੂਨ ਧਨੀਆ ਪਾਊਡਰ, 1/2 ਚਮਚ ਸੌਂਫ ਪਾਊਡਰ। ਸੌਂਫ ਉਹ ਬਹੁਤ ਅੱਛੀ ਲੱਗਦੀ ਹੈ, ਜ਼ਰੂਰ ਪਾਉਣੀ ਚਾਹੀਦੀ ਹੈ ਭਿੰਡੀਆਂ ਦੀ ਸਬਜ਼ੀ 'ਚ, ਪੇਟ ਵਗੈਰਾ ਵਾਸਤੇ ਵੀ ਠੀਕ ਰਹਿੰਦੀ ਹੈ। ਥੋੜ੍ਹਾ ਸਾਨੂੰ ਚਲਾ ਲਾਂਗੇ। ਹੁਣ ਇਹਦੇ ਵਿੱਚ ਆ ਭਿੰਡੀਆਂ ਕੱਟੀਆਂ ਹੋਈਆਂ, 250 ਗ੍ਰਾਮ ਭਿੰਡੀਆਂ ਹੈ। ਥੋੜ੍ਹਾ ਜਿਹਾ ਫਿਰ ਕਵਰ ਕਰਕੇ ਅਸੀਂ ਪਕਾ ਲਾਂਗੇ। ਸਾਡੀ ਜੋ ਭਿੰਡੀ ਸਬਜ਼ੀ ਹੈ ਰੈਡੀ ਹੋ ਚੁੱਕੀ ਹੈ, ਅਸੀਂ 8-10 ਮਿੰਟ ਤੱਕ ਲੱਗ ਗਏ, ਵਿੱਚ ਥੋੜ੍ਹਾ ਕਵਰ ਕਰਕੇ ਬਣਾਈ ਹੈ, ਵਿੱਚ ਵਿੱਚ ਥੋੜ੍ਹੇ ਹਿਲਾਉਂਦੇ ਰਹੇ, ਨਹੀਂ ਤਾਂ ਨੀਚੇ ਲੱਗ ਜਾਂਦੀ ਹੈ। ਸਬਜ਼ੀ ਤਿਆਰ ਹੋ ਚੁੱਕੀ ਹੈ, ਗੈਸ ਬੰਦ ਕਰੀ, ਗੈਸ ਅਸੀਂ ਸਿਮ 'ਤੇ ਰੱਖੀ ਸੀ, ਹੁਣ ਥੋੜ੍ਹਾ ਜਿਹਾ ਨਿੰਬੂ ਨਿਚੋੜ ਦਾਂਗੇ, ਹੋਰ ਵੀ ਅੱਛਾ ਟੇਸਟ ਹੋ ਜਾਂਦਾ ਹੈ। ਬੱਚਿਆਂ ਨੂੰ ਭਿੰਡੀ ਦੀ ਸਬਜ਼ੀ ਬਹੁਤ ਅੱਛੀ ਲੱਗਦੀ ਹੈ ਬੱਚਿਆਂ ਨੂੰ, ਤੁਸੀਂ ਜੋ ਵੀ ਸਬਜ਼ੀ ਬਣਾਉਣਾ ਚਾਹੁੰਦੇ ਟਿਫਨ 'ਚ ਪਾ ਸਕਦੇ ਬੱਚਿਆਂ ਦੀ। ਹੁਣ ਅਸੀਂ ਪਰਾਠਾ ਬਣਾਵਾਂਗੇ, ਅਸੀਂ ਅੱਜ ਟ੍ਰੈਂਗਲ ਸ਼ੇਪ ਦਾ ਪਰਾਠਾ ਬਣਾਵਾਂਗੇ। ਥੋੜ੍ਹਾ ਜਿਹਾ ਘਿਓ ਲਾ ਲਿਆ, ਛੋਟੇ ਛੋਟੇ ਪਰਾਠੇ ਬਣਾਵਾਂਗੇ, ਇੱਦਾਂ ਫੋਲਡ ਕਰ ਦਿਆਂਗੇ, ਥੋੜ੍ਹਾ ਹੋਰ ਘਿਓ ਲਾ ਕੇ ਇਸ ਤਰ੍ਹਾਂ ਫੋਲਡ ਕਰਦੇ ਪਰਾਠਾ ਬਣਾਵਾਂਗੇ। ਬੱਚਿਆਂ ਨੂੰ ਸ਼ੇਪ, ਅਲੱਗ ਅਲੱਗ ਸ਼ੇਪ ਦੇ ਪਰਾਠੇ ਬਣਾਓ ਤਾਂ ਬੱਚੇ ਖੁਸ਼ ਹੁੰਦੇ। ਤਵਾ ਜੋ ਗਰਮ ਹੋ ਚੁੱਕਿਆ, ਤਵੇ 'ਚ ਪਾ ਦਿਓ ਛੋਟੇ ਛੋਟੇ ਪਰਾਠੇ ਬਣਾ ਲਓ। ਹੁਣ ਪਰਾਠੇ ਨੂੰ ਅਸੀਂ ਦੋਨੋਂ ਤਰਫ 'ਤੇ ਪਲਟ ਲਿਆ, ਮਤਲਬ ਥੋੜ੍ਹਾ ਥੋੜ੍ਹਾ ਘਿਓ ਲਾ ਕੇ ਅੱਛੇ 'ਚ ਬਰਾਊਨ ਕਰਨ ਲਾਂਗੇ ਪਰਾਠੇ ਨੂੰ।
ਸਾਡਾ ਟਿਫਨ ਰੈਡੀ ਹੋ ਚੁੱਕਾ ਹੈ। ਪਰਾਂਠੇ ਬਣਾਏ ਦੋ, ਸਬਜ਼ੀ ਦੀ ਭਿੰਡੀ ਦੀ ਸਬਜ਼ੀ ਬਣਾਈ ਹੈ ਔਰ ਨਾਲ ਗਾਜਰ ਔਰ ਖੀਰਾ ਦਿੱਤਾ ਹੈ। ਕੱਟ ਕੇ ਤੁਸੀਂ ਜੋ ਵੀ ਫਰੂਟ ਜੋ ਵੀ ਦੇਣਾ ਚਾਹਤੇ ਦੇ ਸਕਦੇ ਹੋ। ਬੱਚੇ ਨੂੰ ਅੱਛਾ ਲੱਗਦਾ ਹੈ, ਹਰ ਰੋਜ਼ ਅਲੱਗ ਅਲੱਗ ਬੱਚੇ ਨੂੰ ਟਿਫਨ ਦੇਣਾ ਚਾਹੀਦਾ। ਜੇ ਸਾਡਾ ਜੇ ਟਿਫਨ ਦੀ ਰੈਸਪੀ ਪਸੰਦ ਆਈ ਤਾਂ ਲਾਈਕ ਕਰਨਾ, ਸ਼ੇਅਰ ਕਰਨਾ ਔਰ ਕਮੈਂਟ ਜ਼ਰੂਰ ਕਰਨਾ।